ਜੀ, ਲਾਟਰੀ ਅੰਕਲ ਤੋਂ ਬਹੁਤ ਸਮੇਂ ਤੋਂ ਪਾ ਰਿਹਾ। ਘੱਟੋ ਘੱਟ ਮੈਨੂੰ ਲੱਗਦਾ 2007-08 ਤੋਂ ਮੈਂ ਲਾਟਰੀਆਂ ਪਾ ਰਿਹਾ ਤੇ ਵੱਡਾ ਇਨਾਮ ਹੀ ਪਾਈਦਾ ਹਮੇਸ਼ਾ, ਤੇ ਅੱਜ ਜਾ ਕੇ ਉਹਦੇ ਵਿੱਚੋਂ ਇਨਾਮ ਨਿਕਲਿਆ ਜੀ। ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਹ ਕੱਲ ਮੈਨੂੰ ਅੰਕਲ ਕਹਿ ਰਹੇ ਸੀ, ਹੁਣ ਦੱਸ ਰਹੇ ਸੀ ਕਿ ਕੱਲ ਮੈਂ ਫੋਨ ਟਰਾਈ ਕਰ ਰਿਹਾ ਸੀ ਰਾਤ ਨੂੰ, ਪਰ ਫੋਨ ਬਿਜ਼ੀ ਆ ਰਿਹਾ ਸੀ, ਲੱਗ ਨਹੀਂ ਰਿਹਾ ਸੀ ਜੋ ਵੀ ਹੈ। ਤੇ ਅੱਜ ਫਿਰ ਮੈਨੂੰ ਸੁਬਹ ਸੁਬਹ ਅੰਕਲ ਦਾ ਫੋਨ ਆਇਆ ਤਾਂ ਮੈਂ ਕਿਹਾ ਬਹੁਤ ਬਹੁਤ ਵਧਾਈਆਂ ਹੋਣ, ਤੇ ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ। ਵਿਸ਼ਵਾਸ ਕਰਨਾ ਸੀ ਕਿ ਅੰਕਲ ਦਾ ਫੋਨ ਆ ਗਿਆ ਸੀ ਤਾਂ ਵਿਸ਼ਵਾਸ ਕਰਨਾ ਪਿਆ, ਕਿਉਂਕਿ ਹੋਰ ਕੋਈ ਕਰਦਾ ਫਿਰ ਤਾਂ ਵਿਸ਼ਵਾਸ ਨਹੀਂ ਹੋਣਾ ਸੀਗਾ। ਜਦੋਂ ਅੰਕਲ ਦੀ ਕਾਲ ਆਈ ਫਿਰ ਹੋ ਗਿਆ ਥੋੜਾ ਜਿਹਾ ਜੀ ਵੀ ਪੱਕਾ ਹੀ ਅੰਕਲ ਜੀ। ਜ਼ਰੂਰਤ ਤਾਂ ਚਲੋ ਵੀ ਹਰੇਕ ਬੰਦੇ ਨੂੰ ਹੀ ਹੁੰਦੀ ਹੈ, ਕਿਉਂਕਿ ਚਲੋ ਕਿਸੇ ਨੂੰ ਘੱਟ ਹੈ ਕਿਸੇ ਨੂੰ ਜ਼ਿਆਦਾ, ਜ਼ਰੂਰਤ ਤਾਂ ਸਭ ਦੀਆਂ ਹੀ ਨੇ ਜੀ। ਤੇ ਉਸ ਚੀਜ਼ ਕਰਕੇ ਦੇਖੋ ਹੁਣ ਕੀ ਕਰਾਂਗੇ ਫਿਰ, ਚਲੋ ਉਹ ਤੋਂ ਬਾਅਦ ਸੋਚਾਂਗੇ ਵੀ ਕੀ ਕਰਨਾ ਇਹਨਾਂ ਜੀ। ਪਹਿਲਾਂ ਕਿਉਂਕਿ ਪਤਾ ਨਹੀਂ ਸੀ ਕਿ ਵੀ ਇੰਨਾ ਅਮਾਉਂਟ ਆ ਜਾਏਗਾ, ਕਿਉਂਕਿ ਵਿਚਾਰ ਤਾਂ ਬਾਅਦ ਵਿੱਚ ਲਗਾਇਆ ਜਾਂਦਾ, ਆਪਾਂ ਨੂੰ ਪਤਾ ਨਹੀਂ ਹੁੰਦਾ ਐਟ ਏ ਟਾਈਮ ਤੇ। ਜੀ ਇਹ ਲਾਟਰੀ ਅੰਕਲ ਤੋਂ ਬਹੁਤ ਸਮੇਂ ਤੋਂ ਪਾ ਰਿਹਾ। ਘੱਟੋ ਘੱਟ ਮੈਨੂੰ ਲੱਗਦਾ 2007-08 ਤੋਂ ਮੈਂ ਲਾਟਰੀਆਂ ਪਾ ਰਿਹਾ, ਤੇ ਵੱਡਾ ਇਨਾਮ ਹੀ ਪਾਈਦਾ ਹਮੇਸ਼ਾ, ਤੇ ਅੱਜ ਜਾ ਕੇ ਉਹਦੇ ਵਿੱਚੋਂ ਇਨਾਮ ਨਿਕਲਿਆ ਜੀ। ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਹ ਕੱਲ ਮੈਨੂੰ ਅੰਕਲ ਕਹਿ ਰਹੇ ਸੀ, ਹੁਣ ਦੱਸ ਰਹੇ ਸੀ ਕਿ ਕੱਲ ਮੈਂ ਫੋਨ ਟਰਾਈ ਕਰ ਰਿਹਾ ਸੀ ਰਾਤ ਨੂੰ, ਪਰ ਫੋਨ ਬਿਜ਼ੀ ਆ ਰਿਹਾ ਸੀ, ਲੱਗ ਨਹੀਂ ਰਿਹਾ ਸੀ ਜੋ ਵੀ ਹੈ। ਤੇ ਅੱਜ ਫਿਰ ਮੈਨੂੰ ਸੁਬਹ ਸੁਬਹ ਅੰਕਲ ਦਾ ਫੋਨ ਆਇਆ ਤਾਂ ਮੈਂ ਕਿਹਾ ਬਹੁਤ ਬਹੁਤ ਵਧਾਈਆਂ ਹੋਣ, ਤੇ ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ। ਵਿਸ਼ਵਾਸ ਕਰਨਾ ਸੀ ਕਿ ਅੰਕਲ ਦਾ ਫੋਨ ਆ ਗਿਆ ਸੀ ਤਾਂ ਵਿਸ਼ਵਾਸ ਕਰਨਾ ਪਿਆ, ਕਿਉਂਕਿ ਹੋਰ ਕੋਈ ਕਰਦਾ ਫਿਰ ਤਾਂ ਵਿਸ਼ਵਾਸ ਨਹੀਂ ਹੋਣਾ ਸੀਗਾ। ਜਦੋਂ ਅੰਕਲ ਦੀ ਕਾਲ ਆਈ ਫਿਰ ਹੋ ਗਿਆ ਥੋੜਾ ਜਿਹਾ ਜੀ ਵੀ ਪੱਕਾ ਹੀ ਅੰਕਲ ਜੀ। ਜ਼ਰੂਰਤ ਤਾਂ ਚਲੋ ਵੀ ਹਰੇਕ ਬੰਦੇ ਨੂੰ ਹੀ ਹੁੰਦੀ ਹੈ, ਕਿਉਂਕਿ ਚਲੋ ਕਿਸੇ ਨੂੰ ਘੱਟ ਹੈ ਕਿਸੇ ਨੂੰ ਜ਼ਿਆਦਾ, ਜ਼ਰੂਰਤ ਤਾਂ ਸਭ ਦੀਆਂ ਹੀ ਨੇ ਜੀ। ਤੇ ਉਸ ਚੀਜ਼ ਕਰਕੇ ਦੇਖੋ ਹੁਣ ਕੀ ਕਰਾਂਗੇ ਫਿਰ, ਚਲੋ ਉਹ ਤੋਂ ਬਾਅਦ ਸੋਚਾਂਗੇ ਵੀ ਕੀ ਕਰਨਾ ਇਹਨਾਂ ਜੀ। ਪਹਿਲਾਂ ਕਿਉਂਕਿ ਪਤਾ ਨਹੀਂ ਸੀ ਕਿ ਵੀ ਇੰਨਾ ਅਮਾਉਂਟ ਆ ਜਾਏਗਾ, ਕਿਉਂਕਿ ਵਿਚਾਰ ਤਾਂ ਬਾਅਦ ਵਿੱਚ ਲਗਾਇਆ ਜਾਂਦਾ, ਆਪਾਂ ਨੂੰ ਪਤਾ ਨਹੀਂ ਹੁੰਦਾ ਐਟ ਏ ਟਾਈਮ ਤੇ।